ਆਪਣੀ ਗਤੀਸ਼ੀਲ ਤਸਵੀਰਾਂ ਵਾਲੀ ਕਿਤਾਬ ਬਣਾਓ। ਸਮੱਗਰੀ: ਕੈਂਚੀ, ਦੋ ਵਰਗਾਕਾਰ ਕਾਗਜ਼, ਗੂੰਦ, ਸਕੈਚ ਕਲਰ। ਵਿਧੀ: ਦੋਨਾਂ ਵਰਗਾਕਾਰ ਕਾਗਜ਼ਾਂ ਨੂੰ 16 ਬਰਾਬਰ ਵਰਗਾਂ ਵਿੱਚ ਮੋੜੋ। ਇੱਕ ਵੱਡੇ ਵਰਗਾਕਾਰ ਨੂੰ ਵਿਚਕਾਰੋਂ ਕੱਟੋ ਤਾਂ ਜੋ ਬਰਾਬਰ ਦੇ ਦੋ ਆਇਤਾਕਾਰ ਹਿੱਸੇ 4x2 ਮਿਲ ਜਾਣ। ਦੂਜੇ ਵਰਗਾਕਾਰ ਨੂੰ ਵੀ ਵਿਚਕਾਰੋਂ ਕੱਟੋ, ਪਰੰਤੂ ਸਿਰਫ 4 ਵਿੱਚੋਂ 3 ਹਿੱਸਿਆਂ ਤੱਕ। ਹੁਣ ਨਿਸ਼ਾਨ ਲਗਾਏ ਛੋਟੇ ਵਰਗਾਂ 'ਤੇ ਗੂੰਦ ਲਗਾ ਦਿਓ। ਵਰਗਾਂ 'ਤੇ ਚਿਪਕਾ ਦਿਓ, ਫਿਰ ਬਾਕੀ ਦੇ ਕਾਗਜ਼ ਨੂੰ ਕੱਟ ਦਿਓ। ਦੂਜੇ 4x2 ਵਾਲੇ ਆਇਤਾਕਾਰ ਹਿੱਸੇ ਨੂੰ ਵੀ ਪਾਸਿਆਂ ਤੋਂ ਮੋੜੋ ਅਤੇ ਬਾਕੀ ਦੇ ਕੱਟੇ ਹੋਏ ਕਾਗਜ਼ ਉੱਪਰ ਚਿਪਕਾ ਦਿਓ। ਤਸਵੀਰਾਂ ਵਾਲੀ ਕਿਤਾਬ ਖੇਡਣ ਲਈ ਤਿਆਰ ਹੈ। ਇਸ ਨੂੰ ਵਾਰ ਵਾਰ ਘੁਮਾਓ ਅਤੇ ਮੋੜਦੇ ਜਾਓ। ਹਰ ਪੰਨੇ 'ਤੇ 1 ਤੋਂ 14 ਤੱਕ ਅੰਕ ਲਿਖੋ, ਫਿਰ ਕੋਈ ਕਹਾਣੀ ਸੋਚੋ ਅਤੇ ਇਸ ਨੂੰ 14 ਪੇਜਾਂ 'ਤੇ ਤਸਵੀਰਾਂ ਨਾਲ ਸਜਾ ਦਿਓ। ਹੁਣ ਤੁਹਾਡੀ ਕਹਾਣੀਆਂ ਵਾਲੀ ਗਤੀਸ਼ੀਲ ਕਿਤਾਬ ਤਿਆਰ ਹੈ।